ਦੋਸਤੋ, ਭਗਵੰਤ ਮਾਨ ਦੀ ਸਰਕਾਰ, ਕੇਜਰੀਵਾਲ, ਅਖੌਤੀ, ਫਰਜ਼ੀ, ਇਨਕਲਾਬੀ ਇੰਨੇ ਘਬਰਾ ਗਏ ਨੇ ਸਾਡੇ ਸੰਗਰੂਰ ਦੇ ਚੋਣ ਪ੍ਰਚਾਰ ਤੋਂ ਕਿ ਉਹਨਾਂ ਨੇ ਸ਼ਿਕਾਇਤਾਂ ਕਰ ਕਰਕੇ ਪਰਸੋਂ ਸ਼ਾਮ ਦਾ ਮੇਰਾ ਵਟਸਐਪ ਬੰਦ ਕਰਵਾ ਦਿੱਤਾ, ਤੁਸੀਂ ਦੇਖ ਸਕਦੇ ਹੋ। ਔਰ ਵਟਸਐਪ ਇੱਕ ਬਹੁਤ ਇੰਪੋਰਟੈਂਟ ਮਾਧਿਅਮ ਹੈ ਜਿਹਦੇ ਨਾਲ ਅਸੀਂ ਲੋਕਾਂ ਤੱਕ ਪਹੁੰਚਦੇ ਹਾਂ, ਬਹੁਤ ਸਾਰੀ ਇਨਫੋਰਮੇਸ਼ਨ ਮੇਰੇ ਕੋਲ ਆਉਂਦੀ ਹੈ। ਮੈਂ ਤਾਂ ਸਿਰਫ ਇਹ ਪੁੱਛਣਾ ਚਾਹੁੰਦਾ ਹਾਂ ਕਿ ਕੇਜਰੀਵਾਲ ਔਰ ਭਗਵੰਤ ਮਾਨ ਅਕਸਰ ਇਹ ਸਾਰੀਆਂ ਗੱਲਾਂ ਇਲਜ਼ਾਮ ਮੋਦੀ ਦੀ ਬੀਜੇਪੀ ਸਰਕਾਰ ਤੇ ਲਾਉਂਦੇ ਨੇ। ਇਸ ਦੇਸ਼ ਮੇ ਆਜ਼ਾਦੀ ਨਹੀਂ ਹੈ, ਮੀਡੀਆ ਆਜ਼ਾਦ ਨਹੀਂ ਹੈ, ਤੁਸੀਂ ਪੰਜਾਬ ਦੇ ਵਿੱਚ ਉਹ ਗਦਰ ਮਚਾਇਆ ਨਾ, ਸਾਰਾ ਪੰਜਾਬ ਦਾ ਜਿਹੜਾ ਔਰਗੈਨਿਕ ਇੰਡੀਪੈਂਡੈਂਟ ਮੀਡੀਆ, ਜਾਂ ਤਾਂ ਤੁਸੀਂ ਉਹਨਾਂ ਤੇ ਕੇਸ ਰਜਿਸਟਰ ਕਰਾ ਕੇ, ਪਰਚੇ ਦਰਜ ਕਰਾ ਕੇ ਜਰਨਲਿਸਟਾਂ ਦੇ ਉੱਤੇ, ਜਿਵੇਂ ਕਿ ਦਸਤਾਵੇਜ਼ ਵਾਲੇ ਦੇ ਪਿੱਛੇ ਰਜਿੰਦਰ ਟੱਗਰ ਤੇ ਕੀਤਾ, ਅਤੇ ਉਹਨਾਂ ਦੇ ਸਾਰੇ ਅਕਾਊਂਟਸ ਬੰਦ ਕਰਾਏ ਫੇਸਬੁੱਕ ਤੇ, ਟਵਿੱਟਰ ਤੇ, ਇੰਸਟਾਗ੍ਰਾਮ ਤੇ। ਔਰ ਹੁਣ ਤੁਸੀਂ ਇਸ ਕੋਝੀ ਹਰਕਤ ਤੇ ਆ ਗਏ ਹੋ ਕਿ ਤੁਸੀਂ ਹੁਣ ਸਾਡੇ ਆਪਣੇ ਵਿਰੋਧੀ ਦਾ ਵਟਸਐਪ ਵੀ ਬੰਦ ਕਰਾਤਾ। ਮੇਰੇ ਕੋਲ ਮੇਰੀਆਂ ਬ੍ਰੌਡਕਾਸਟ ਲਿਸਟਾਂ ਸੀ, ਮੈਂ ਮੀਡੀਆ ਤੱਕ ਨਹੀਂ ਪਹੁੰਚ ਸਕ ਰਿਹਾ। ਮੇਰੇ ਕੋਲ 5000 ਆਦਮੀ ਦੇ ਗਰੁੱਪਸ ਬਣੇ ਹੋਏ ਨੇ, ਜਿਹੜੇ ਬ੍ਰੌਡਕਾਸਟ ਲਿਸਟ, ਜਿਹਦੇ ਨਾਲ ਮੈਂ ਸਾਰੀ ਆਊਟਰੀਚ ਮੇਰੀ ਆ, ਉਹ ਪਰਸੋਂ ਸ਼ਾਮ ਦੀ ਬੰਦ। ਪਹਿਲਾਂ ਮੈਂ ਸੋਚਿਆ ਕਿ ਰੂਟੀਨ ਹੈ, ਸ਼ਾਇਦ ਦੁਬਾਰਾ ਚਲਾ ਦੇਣਗੇ। ਅਸੀਂ ਈਮੇਲ ਵੀ ਕੀਤੀ, ਅਸੀਂ ਉਹਨਾਂ ਨਾਲ ਕੰਟੈਕਟ ਵੀ ਕੀਤਾ, ਲੇਕਿਨ ਮੇਰਾ ਵਟਸਐਪ ਉਹਨਾਂ ਨੇ ਫੋਰ ਅਨਨੋਨ ਰੀਜ਼ਨਸ ਕਿ ਸਾਡੀ ਪਾਲਿਸੀ ਦੇ ਮੁਤਾਬਕ ਤੁਹਾਡਾ ਵਟਸਐਪ ਨਹੀਂ ਚੱਲ ਰਿਹਾ, ਐਨ ਇਲੈਕਸ਼ਨ ਦੇ ਪੋਲਿੰਗ ਤੋਂ 2 ਦਿਨ ਬੰਦ ਕਰਾਉਣ ਤੋਂ ਪਹਿਲਾਂ। ਇਹਦਾ ਮਤਲਬ ਇਹਨਾਂ ਨੇ ਆਪਣੀ ਹਾਰ ਸਵੀਕਾਰ ਕਰ ਲਈ ਆ। ਹੁਣ ਇੰਨੇ ਹਿੱਲ ਗਏ ਨੇ ਕਿ ਆਪਣੇ ਵਿਰੋਧੀਆਂ ਦੇ ਸੋਸ਼ਲ ਮੀਡੀਆ ਵਟਸਐਪ ਗਰੁੱਪਾਂ ਤੇ ਵੀ ਅਟੈਕ ਕਰਨਾ ਸ਼ੁਰੂ ਕਰਤਾ। ਤੇ ਫਿਰ ਤੁਹਾਡੇ ਵਿੱਚ ਤੇ ਮੋਦੀ ਤੇ ਬੀਜੇਪੀ ਤਾਨਾਸ਼ਾਹ ਚ ਕੀ ਫਰਕ ਆ? ਤੁਸੀਂ ਪਹਿਲਾਂ ਪਰਚਿਆਂ ਤੇ ਵੀ ਰੋਂਦੇ ਹੋ ਕਿ ਈਡੀ ਔਰ ਸੀਬੀਆਈ ਹਮਾਰੇ ਕੋ ਝੂਠੇ ਪਰਚੇ ਕਰ ਰਹੀ ਹੈ। ਤੁਸੀਂ ਪੰਜਾਬ ਦੇ ਵਿੱਚ ਝੂਠੇ ਪਰਚੇ ਨਹੀਂ ਕੀਤੇ? ਤੁਸੀਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਤੇ NSA ਲਾ ਕੇ ਉਹਨਾਂ ਨੂੰ ਅਸਾਮ ਦੀਆਂ ਜੇਲਾਂ ਵਿੱਚ ਨਹੀਂ ਭੇਜਿਆ? ਦੱਸਿਓ ਜ਼ਰਾ ਕਿਹਦੇ ਕਹਿਣ ਤੇ ਭੇਜਿਆ, ਇਹ ਵੀ ਦੱਸੋ। ਔਰ ਮੀਥਿਆ ਝੂਠ ਬੋਲਦਾ ਹੁਕਮ ਜਿਹੜੇ ਨੇ ਉਹ DC ਅੰਮ੍ਰਿਤਸਰ ਨੇ ਜਾਰੀ ਕੀਤੇ ਨੇ, ਪੰਜਾਬ ਹਰਿਆਣਾ ਹਾਈਕੋਰਟ ਚੈਲੰਜ ਕੀਤਾ ਵਾ। ਐਡੇ ਝੂਠੇ ਹੋ ਗਏ ਯਾਰ ਤੁਸੀਂ। ਅੱਛਾ, ਤੁਸੀਂ ਪਰਮਿੰਦਰ ਝੋਟੇ ਦੇ ਪਰਚਾ ਝੂਠਾ ਨਹੀਂ ਕਰਕੇ ਉਹਨੂੰ ਸੁੱਟਿਆ ਡਰੱਗਸ ਦੇ ਖਿਲਾਫ ਕੈਂਪੇਨ? ਭਾਨੇ ਸਿੱਧੂ ਦੇ ਏਜੰਟਾਂ ਦੇ ਖਿਲਾਫ ਬੋਲ ਕੇ 4 ਪਰਚੇ ਨਹੀਂ ਤੁਸੀਂ ਕੀਤੇ? ਤੁਸੀਂ ਉਹ ਬੱਗੇ ਤੇ ਸਿਰਫ ਟਵੀਟ ਕਰਨ ਦੀ ਖਾਤਰ ਤੁਸੀਂ ਦਿੱਲੀ ਪੁਲਿਸ ਚੱਕਣ ਵਾਸਤੇ ਨਹੀਂ ਭੇਜੀ? ਤੁਸੀਂ ਕੋਈ ਨੁੱਕਲ ਯੂਟਿਊਬਰ ਤੇ ਉਹਨੇ ਇੱਕ ਆਮ ਆਦਮੀ ਪਾਰਟੀ ਦੇ ਲਵਲੀ ਯੂਨੀਵਰਸਿਟੀ ਦੇ MP ਦੇ ਖਿਲਾਫ ਇੱਕ ਯੂਟਿਊਬ ਤੇ ਪਾਈ ਵੀਡੀਓ ਕਿ ਤੁਸੀਂ ਉਹਨੂੰ ਜੰਮੂ ਜਾ ਕੇ ਪਰਚਾ ਦਰਜ ਕਰਕੇ ਚੱਕਣ ਨਹੀਂ ਭੇਜਿਆ? ਆਹ ਤੁਹਾਡੇ ਸਾਹਮਣੇ ਬੈਠਾ ਖਹਿਰਾ, ਕਿ ਤੁਸੀਂ ਮੇਰੇ ਤੇ 5 ਪਰਚੇ ਝੂਠੇ ਨਹੀਂ ਕੀਤੇ? ਜਾਂ 3 ਚ ਮੈਨੂੰ ਤੁਸੀਂ ਅਰੈਸਟ ਨਹੀਂ ਕਰ ਸਕੇ ਕਿਉਂਕਿ ਮੈਨੂੰ ਐਂਟੀਸਪੇਟਿਡ ਬੇਲ ਮਿਲ ਜਾਂਦੀ ਸੀ? ਫਿਰ ਤੁਸੀਂ ਭਗਵੰਤ ਉਹੀ ਚੱਕਿਆ ਕੇਸ 9 ਸਾਲ ਪੁਰਾਣਾ ਜਿਹਦੇ ਤੂੰ ਗਵਾਹੀ ਦਿੱਤੀ ਆ ਲੋਕਾਂ ਦੀ ਅਦਾਲਤ ਵਿੱਚ ਕਿ ਖਹਿਰੇ ਨਾਲ 2017 ਅਮਰਿੰਦਰ ਸਿੰਘ, ਕਿਉਂਕਿ ਮੈਂ ਇੱਕ ਮਿਨਿਸਟਰ ਨੂੰ ਕਢਵਾਇਆ ਸੀ ਉਸ ਕੈਬਨਿਟ ਚੋਂ ਕਿ ਅਮਰਿੰਦਰ ਬਦਲਾਖੋਰੀ ਕਰ ਰਿਹਾ ਹੈ ਕਾਂਗਰਸ ਦੀ ਸਰਕਾਰ, ਮੈਂ ਪਾਰਲੀਮੈਂਟ ਚੁੱਕੂੰਗਾ, ਉਸੇ ਕੇਸ ਚ ਅਰੈਸਟ ਕਰ ਲਿਆ 4 ਮਹੀਨੇ, ਤੇਰੀ ਅੱਗ ਨਹੀਂ ਠੰਡੀ ਹੋਈ ਦਿਲ ਦੀ ਨਫ਼ਰਤ ਦੀ ਭਾਵਨਾ? ਫਿਰ ਤੁਸੀਂ ਜਿੱਦਣ ਮੇਰੀ ਬੇਲ ਹੋਣੀ ਸੀ 4 ਜਨਵਰੀ 2024 ਨੂੰ ਥਾਣਾ ਸੁਭਾਨਪੁਰ ਖੁਲਵਾਇਆ, ਤੜਕੇ 2:10 ਤੇ 5ਵਾਂ ਪਰਚਾ ਦਰਜ ਕੀਤਾ ਜੇਲ੍ਹ ਚ ਰੱਖਣ ਵਾਲੇ, ਉਹ ਯਾਰੋ ਤੁਹਾਡੇ ਤੇ ਮੋਦੀ ਚ ਫਰਕ ਕੀ ਹੈ? ਤੁਸੀਂ ਪੰਜਾਬ ਦਾ ਉਹ ਬੁਰਾ ਹਾਲ ਕੀਤਾ ਪਿਛਲੇ 2 ਸਾਲ ਚ, ਤੁਸੀਂ ਪਰਚੇ ਝੂਠੇ ਕੀਤੇ, ਤੁਸੀਂ ਚਿੱਟਾ ਤੇ ਨਸ਼ੇ ਨਹੀਂ ਰੋਕ ਸਕੇ, ਤੁਸੀਂ ਬੇਅਦਬੀਆਂ ਦਾ ਇਨਸਾਫ਼ ਨਹੀਂ ਦੇ ਸਕੇ, ਤੁਸੀਂ ਸਾਡੇ ਬੱਚੇ ਐਡੇ ਵੱਡੇ ਪੱਧਰ ਤੇ ਵਿਦੇਸ਼ਾਂ ਜਾ ਰਹੇ ਤੁਸੀਂ ਉਹਨਾਂ ਨੂੰ ਰੋਕ ਨਹੀਂ ਸਕੇ,
ਤੁਸੀਂ ਆ ਖੋਤੀ ਨੌਕਰੀਆਂ ਕਹਿੰਦੇ ਹੋ ਸਾਰੀਆਂ ਹਰਿਆਣਾ ਤੇ ਰਾਜਸਥਾਨ ਤੇ ਦਿੱਲੀ ਦੇ ਲੋਕ ਲੈ ਗਏ ਔਰ ਤੁਸੀਂ ਭਗਵੰਤ ਮਾਨ ਕਹਿੰਦਾ ਕਿ ਮੈਂ 40,000 ਨੌਕਰੀ ਦੇ 2 ਸਾਲ ਦਿੱਤੀ ਆ, ਇਹ ਵੀ ਦੱਸੋ 2 ਸਾਲ ਵਿੱਚ ਕਿੰਨੇ ਮੁਲਾਜ਼ਮ ਰਿਟਾਇਰ ਹੋਏ ਨੇ? ਨੌਕਰੀਆਂ 40,000, 50,000 ਮੁਲਾਜ਼ਮ 2 ਸਾਲਾਂ ਚ ਰਿਟਾਇਰ, ਬਰਨਾਲਾ ਉੱਥੇ ਦਾ ਉੱਥੇ ਹੀ। ਤੁਸੀਂ ਮੁਲਾਜ਼ਮਾਂ ਦਾ DA ਦੀਆਂ ਕਿਸ਼ਤਾਂ ਨਹੀਂ ਦੇ ਸਕੇ, ਤੁਸੀਂ ਮੁਲਾਜ਼ਮਾਂ ਨੂੰ ਠੀਕ ਟਾਈਮ ਸਿਰ ਤਨਖਾਹ ਨਹੀਂ ਦੇ ਸਕਦੇ, ਤੁਸੀਂ ਪੰਜਾਬ ਦੇ ਮੁਲਾਜ਼ਮਾਂ ਨੂੰ 6ਵੇਂ ਵਿੱਤ ਕਮਿਸ਼ਨ ਦੇ ਅਨੁਸਾਰ ਉਹਦਾ ਏਰੀਅਰਸ ਨਹੀਂ ਦਿੱਤੇ, ਤੁਸੀਂ 올ਡ ਪੈਨਸ਼ਨ ਸਕੀਮ ਝੂਠ ਬੋਲ ਕੇ ਇੱਕ ਨੋਟੀਫਿਕੇਸ਼ਨ ਕੱਢਤੀ ਹਿਮਾਚਲ ਦੀ ਇਲੈਕਸ਼ਨ ਵੇਲੇ, ਉਹ ਨੋਟੀਫਿਕੇਸ਼ਨ ਕੱਲੀ ਕਾਗਜ਼ ਤੇ ਰਹਿ ਗਈ, ਤੁਸੀਂ 올ਡ ਪੈਨਸ਼ਨ ਸਕੀਮ ਨਹੀਂ ਲਾਗੂ ਕਰ ਸਕੇ, ਤੁਸੀਂ ਪੈਨਸ਼ਨਰਸ ਦੇ ਪੈਸੇ ਨਹੀਂ ਦੇ ਸਕੇ। ਸਾਡੇ ਅੱਜ ਵੀ 1.5 ਲੱਖ ਤੋਂ ਜ਼ਿਆਦਾ ਇੰਪਲੋਈਜ਼ ਕੰਟਰੈਕਟ ਬੇਸਿਸ ਤੇ ਕਰ ਰਹੇ ਨੇ, ਔਰ ਸੀਵਰੇਜ ਵਾਲੇ ਜਿਹੜੇ ਸਾਫ ਕਰਦੇ ਨੇ ਸਫਾਈ ਕਰਮਚਾਰੀ, ਉਹ ਮੇਰੇ ਕੋਲ ਆਏ। ਸਭ ਤੋਂ ਗਰੀਬ ਤਬਕਾ, ਉਹ 25 ਸਾਲ ਤੋਂ ਲਗਾਤਾਰ ਸੀਵਰੇਜ ਸਾਫ ਕਰ ਰਹੇ ਨੇ, ਉਹਨਾਂ ਨੂੰ ਤੁਸੀਂ ਪੱਕੇ ਨਹੀਂ ਕਰ ਸਕੇ, ਉਹ ਮਹਿਜ਼ 12,000 ਰੁਪਏ ਤੇ ਸਾਰੇ ਸ਼ਹਿਰਾਂ ਦਾ ਪਿੰਡਾਂ ਦਾ ਗੰਦ ਸਾਫ ਕਰਦੇ ਨੇ। ਉਹ ਮਤ ਝੂਠ ਬੋਲੋ ਪੰਜਾਬ ਦੇ ਵਿੱਚ ਆ ਕੇ। ਤੁਹਾਡਾ ਸਿਹਤ ਦਾ ਮਾਡਲ ਫਲੋਪ, ਦੜੇਵੇ ਦਾ ਹਸਪੀਟਲ ਦਿਖਾਤਾ, 52 ਦਾ ਸਟਾਫ ਡਾਕਟਰਸ ਫਾਰਮਾਸਿਸਟ ਨਰਸਿਸ ਦਾ ਹਨ ਉੱਥੇ 24 ਕੇ 25, 50% ਸਟਾਫ ਹੈ ਨਹੀਂ। ਸਕੂਲਾਂ ਦਾ ਮਾਡਲ ਤੁਹਾਡਾ ਦਿਖਾਤਾ, ਸੰਗਰੂਰ ਦੇ 50% ਤੋਂ ਉੱਤੇ ਸਕੂਲਾਂ ਵਿੱਚ ਪ੍ਰਿੰਸੀਪਲ ਦੀਆਂ ਪੋਸਟਾਂ ਖਾਲੀ ਪਈਆਂ ਨੇ, ਔਰ ਮਲੇਰਕੋਟਲਾ ਜ਼ਿਲ੍ਹਾ ਜਿਹੜਾ ਬਣਾਇਆ ਹਲੇ ਉੱਥੇ ਤੁਸੀਂ ਕੋਈ ਰੈਗੂਲਰ ਡਿਸਟ੍ਰਿਕਟ ਐਜੂਕੇਸ਼ਨ ਆਫਿਸਰ ਨਹੀਂ ਲਾ ਸਕੇ, ਕਿਸੇ ਪ੍ਰਿੰਸੀਪਲ ਨੂੰ ਉਹਦਾ ਆਫੀਸ਼ਲ ਚਾਰਜ ਦਿੱਤਾ ਹੋਇਆ ਵਾ। ਕਿਉਂ ਝੂਠ ਬੋਲ ਬੋਲ ਕੇ ਇਸ਼ਤਿਹਾਰ ਲਵਾ ਲਵਾ ਕੇ ਸਾਡੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ, ਔਰ ਇੱਥੇ ਤੁਸੀਂ ਕਿਸੇ ਬੰਦੇ ਨੂੰ ਇਨਸਾਫ਼ ਨਹੀਂ ਦੇ ਸਕੇ। ਤੁਹਾਡੇ ਨਾਲ ਦਾ ਮੈਂ ਕਹਿੰਦਾ ਕਿ ਮਿਸਲੀਡਿੰਗ ਪਾਰਟੀ ਜ਼ਿੰਦਗੀ ਚ ਨਹੀਂ ਦੇਖੀ। ਹਜ਼ਾਰ ਗਨਮੈਨ ਲੈ ਕੇ ਚੱਲਦੇ ਨੇ, ਕਹਿੰਦੇ ਸੀ 7 ਜੇ ਬੰਦੇ ਆ। ਲਵਲੀ ਯੂਨੀਵਰਸਿਟੀ ਦੇ ਮਾਲਕ ਨੂੰ 25,000 ਕਰੋੜ ਦੇ ਬੰਦੇ ਨੂੰ MP ਬਣਾਤਾ ਰਾਜ ਸਭਾ ਦਾ, ਔਰ ਇੱਕ ਬਣਾਤਾ ਸੰਜੀਵ ਅਰੋੜਾ ਲੁਧਿਆਣੇ ਦਾ, ਕਦੀ ਸੁਣਿਆ ਹੀ ਨਹੀਂ ਕੌਣ ਹੈ ਬੰਦੇ, ਕਿੱਥੇ ਰਹਿੰਦੇ ਨੇ। 2 ਬਣਾਤੇ ਗੈਰ ਪੰਜਾਬੀ, ਸੰਦੀਪ ਪਾਠਕ ਤੇ ਆ ਰਾਘਵ ਚੱਡਾ, ਤੇ ਖਹਿਰਾ ਬਾਹਰਲਾ ਹੋ ਗਿਆ ਤੇ ਇਹ ਅੰਦਰਲੇ ਹੋ ਗਏ ਤੁਹਾਡੇ। ਖਹਿਰਾ ਪੰਜਾਬ ਲਈ ਲੜੇ, ਹਰ ਥਾਂ ਪਹੁੰਚੇ, ਜੇਲਾਂ ਕੱਟੇ, ਅਸੀਂ ਬਾਹਰ ਦੇ ਤਿਆਰ, ਰਾਘਵ ਚੱਡਾ ਤੇ ਸੰਦੀਪ ਪਾਠਕ ਇਹ ਤੁਹਾਡੇ ਅੰਦਰਲੇ ਹੋ ਗਏ। ਬਸ ਇਹੀ ਦੱਸਣਾ ਸੀਗਾ, ਤੁਸੀਂ ਸਾਰੇ ਕੇਜਰੀਵਾਲ ਦੇ ਬੱਚੇ ਹੋ, ਜਿਹੋ ਜੀ ਕੋਕੋ ਉਹੋ ਜੇ ਕੋਕੋ ਦੇ ਬੱਚੇ। ਤੁਸੀਂ ਸ਼ਰਾਬ ਘੁਟਾਲੇ ਵਿੱਚ 1,000 ਕਰੋੜਾਂ ਦੇ ਸਕੈਂਡਲ ਚ ਫਸੇ ਹੋਏ ਹੋ, ਦਿੱਲੀ ਚ ਲੱਖ ਕਈ ਜੋ ਕੱਟੜ ਇਮਾਨਦਾਰ, ਸੁਪਰੀਮ ਕੋਰਟ ਨੇ ਜਮਾਨਤਾਂ ਰਿਜੈਕਟ ਕੀਤੀਆਂ ਤੁਹਾਡੀਆਂ। ਕੇਜਰੀਵਾਲ 1 ਤਰੀਕ ਤੱਕ ਬਾਹਰ ਇੰਟਰਿਮ ਬਿਲ ਤੇ ਹੈ, ਔਰ ਜਿੱਦਣ ਪੰਜਾਬ ਦਾ ਸ਼ਰਾਬ ਘੁਟਾਲੇ ਦੀ ਜਾਂਚ ਹੋਵੇਗੀ, ਸਾਰੇ ਫੜੇ ਜਾਣਗੇ, ਸਾਰੇ ਫੜੇ ਜਾਣਗੇ, ਵਿੱਚੇ ਚੀਮਾ ਵਿੱਚੇ ਭਗਵੰਤ। ਸੋ ਉਹ ਕੀ ਕਹਿੰਦੇ ਆ, ਜਦੋਂ ਦੂਜਿਆਂ ਲਈ ਤੁਸੀਂ ਟੋਆ ਪੱਟਦੇ ਹੋ ਉਹਦੇ ਚ ਡਿੱਗਣਾ ਹੀ ਡਿੱਗਣਾ, ਜੋ ਬੀਜੋਗੇ ਉਹੀ ਵੱਢੋਗੇ ਮੇਰੇ ਵੀਰੋ। ਇਸ ਲਈ ਪੰਜਾਬ ਨਿਵਾਸੀਆਂ ਨੂੰ ਮੇਰੀ ਬੇਨਤੀ, ਲਾਸਟ ਮਿੰਟ ਅਪੀਲ ਹੈ ਕਿ ਇਸ ਤਰ੍ਹਾਂ ਦੇ ਫਰਜ਼ੀ ਇਨਕਲਾਬੀਆਂ ਤੋਂ, ਜਿਨ੍ਹਾਂ ਨੇ ਸਿਰਫ ਫੋਟੋਆਂ ਟੰਗੀਆਂ ਸ਼ਹੀਦ ਭਗਤ ਸਿੰਘ ਦੀਆਂ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ, ਅਗਰ ਉਹ ਜਿੰਦੇ ਹੁੰਦੇ ਤਾਂ ਰੋ ਰਹੇ ਹੁੰਦੇ ਯਾਰ ਕਿ ਸਾਡਾ ਨਾਮ ਇਸਤੇਮਾਲ ਕਰ ਰਹੇ। ਅੱਜ ਸਾਡੇ ਨਾਲ ਸ਼ਹੀਦ ਭਗਤ ਸਿੰਘ ਦੀਆਂ ਦਾ ਪਰਿਵਾਰ ਜਿਹੜਾ ਹੈ, ਉਹਦੀਆਂ ਭਤੀਜੀਆਂ, ਉਹਦੀਆਂ ਅੱਗੇ ਭਤੀਜੀਆਂ, ਉਹ ਸਾਨੂੰ ਅੱਜ ਜੁਆਇਨ ਕਰ ਰਹੇ ਨੇ ਰੋਡ ਸ਼ੋਅ ਭਵਾਨੀਗੜ੍ਹ ਤੋਂ, ਜਿਹੜਾ ਹੁਣ ਸ਼ੁਰੂ ਹੋਣ ਵਾਲਾ ਸਾਡਾ। ਮੈਂ ਉੱਥੇ ਪਹੁੰਚ ਚੱਲਿਆ ਵਾਂ, ਮੇਰੀ ਸਭ ਨੂੰ ਅਪੀਲ ਹੈ ਕਿ ਅੱਜ ਦੇ ਰੋਡ ਸ਼ੋਅ ਨੂੰ ਕਾਮਯਾਬ ਕਰੋ। ਸਾਡਾ ਭਲੱਥ ਵਿੱਚ ਵੀ ਰੋਡ ਸ਼ੋਅ ਨਿਕਲਣ ਲੱਗਿਆ ਵਾ, ਉੱਥੇ ਵੀ ਪਲੀਜ਼ ਭਲੱਥ ਵਾਲਿਆਂ ਨੂੰ ਅਪੀਲ ਹੈ ਕਿ ਤੁਸੀਂ ਉੱਥੇ ਪਹੁੰਚੋ, SS ਪੈਲਸ ਬੇਗੋਵਾਲ ਵਿੱਚ, ਤੇ ਸੰਗਰੂਰ ਲੋਕ ਸਭਾ ਦੇ ਸਮੂਹ ਨੌਜਵਾਨਾਂ ਨੂੰ, ਸਾਰੇ ਗੈਰਤਮੰਦ ਅਖਲਾਕੀ ਬੰਦਿਆਂ ਨੂੰ, ਕਾਂਗਰਸ ਦੇ ਕੇਡਰ ਨੂੰ ਅਤੇ ਦੂਜੀਆਂ ਪਾਰਟੀਆਂ ਜਿਨ੍ਹਾਂ ਨੇ ਮੇਰੇ ਤੇ ਬਹੁਤ ਸਿਰ ਤੇ ਹੱਥ ਰੱਖਿਆ। ਕਈਆਂ ਨੇ ਕਿਹਾ ਕਿ ਅਸੀਂ ਕਾਂਗਰਸ ਨੂੰ ਜ਼ਿੰਦਗੀ ਚ ਵੋਟ ਨਹੀਂ ਪਾਈ,
ਪਰ ਤੈਨੂੰ ਅਸੀਂ ਜ਼ਰੂਰ ਵੋਟ ਪਾਵਾਂਗੇ, ਚੰਗੇ ਚੰਗੇ ਅੰਮ੍ਰਿਤਧਾਰੀ ਬੀਬੀਆਂ ਬੰਦੇ ਬਜ਼ੁਰਗ। ਸੋ ਮੈਂ ਤੁਹਾਡਾ ਦੇਣ ਨਹੀਂ ਦੇ ਸਕਦਾ, ਸਾਡਾ ਕੈਂਪੇਨ ਚ ਤੁਸੀਂ ਬਹੁਤ ਜ਼ਿਆਦਾ ਸਾਥ ਦਿੱਤਾ। ਬਸ ਪਰਸੋਂ ਨੂੰ ਵੋਟ ਪਾ ਕੇ ਇਸ ਕੈਂਪੇਨ ਨੂੰ ਸਿਰੇ ਚੜਾ ਦਿਓ। ਔਰ ਮੇਰਾ ਤੀਸਰੇ ਨੰਬਰ ਤੇ ਈਵੀਐਮ ਦੇ ਉੱਤੇ ਨਿਸ਼ਾਨ ਹੈ, ਤੀਸਰੇ ਨੰਬਰ ਤੇ ਬਟਨ ਦਬਾਓਗੇ ਤਾਂ ਮੈਂ ਤੁਹਾਡਾ ਜੋ ਸੰਗਰੂਰ ਦੇ ਮੁੱਦੇ ਨੇ ਔਰ ਪੰਜਾਬ ਦੇ ਪੱਖ ਦੇ ਮੁੱਦੇ ਨੇ, ਬੰਦੀ ਸਿੰਘਾਂ ਦੇ ਸੰਗਰੂਰ ਵਿੱਚ ਕੈਂਸਰ ਬਹੁਤ ਜ਼ਿਆਦਾ ਹੈ, ਸੰਗਰੂਰ ਦੇ ਵਿੱਚ ਵਾਟਰ ਟੇਬਲ ਬਹੁਤ ਰਿਸੀਟ ਕਰ ਗਿਆ, ਸੰਗਰੂਰ ਦੇ ਵਿੱਚ ਕਿਸਾਨ ਤੇ ਖੇਤ ਮਜ਼ਦੂਰ ਆਤਮ ਹੱਤਿਆ ਕਰ ਰਹੇ ਨੇ, ਕਰਜ਼ੇ ਦੀ ਮਾਰ ਚੱਲ ਰਹੇ ਨੇ। ਇਸ ਕਰਕੇ ਆਓ ਆਪਾਂ ਸਾਰੇ ਮਿਲ ਕੇ ਪਾਰਟੀਆਂ ਤੋਂ ਉੱਤੇ ਉੱਠ ਕੇ, ਕਿਉਂਕਿ ਮੈਂ ਜ਼ਿੰਦਗੀ ਚ ਪਾਰਟੀ ਦੇ ਉੱਤੇ ਉੱਠ ਕੇ ਕੰਮ ਕੀਤਾ। ਮੈਂ ਉਮੀਦ ਕਰਦਾ ਕਿ ਸਾਰੇ ਤੁਸੀਂ ਮੈਨੂੰ ਪਰਸੋਂ ਨੂੰ ਮੇਰੇ ਚੋਣ ਨਿਸ਼ਾਨ ਹੱਥ ਪੰਜੇ ਤੇ ਵੋਟ ਪਾ ਕੇ ਇੱਥੇ ਵੀ ਕਾਮਯਾਬ ਕਰੋਗੇ ਤੇ ਭਲੱਥ ਵਿੱਚ ਵੀ ਚੋਣ ਨਿਸ਼ਾਨ ਹੱਥ ਪੰਜੇ ਤੇ ਯਾਮਨੀ ਗੋਮਰ ਨੂੰ, ਹੁਸ਼ਿਆਰਪੁਰ ਦੀ ਲੋਕ ਸਭਾ ਕੈਂਡੀਡੇਟ ਨੂੰ ਵੀ ਕਾਮਯਾਬ ਕਰੋਗੇ। ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਬਹੁਤ ਸ਼ੁਕਰੀਆ, ਕਿਰਪਾ ਕਰਕੇ ਇਸ ਨੂੰ ਮੈਕਸਿਮਮ ਸ਼ੇਅਰ ਕਰਨਾ। ਪਰ ਇੱਕ ਵਾਰ ਫਿਰ ਤੁਸੀਂ ਸਕਰੀਨਸ਼ਾਟ ਦੇਖ ਸਕਦੇ ਹੋ ਕਿ ਮੇਰਾ ਵਟਸਐਪ ਜਿਹੜਾ ਹੈ ਉਹ ਇਹਨਾਂ ਨੇ ਬੰਦ ਕਰਵਾ ਦਿੱਤਾ, ਸ਼ਿਕਾਇਤਾਂ ਕਰਕੇ, ਸਪੈਮ ਵਗੈਰਾ ਜੋ ਵੀ ਕਰਦੇ ਨੇ ਸ਼ਿਕਾਇਤਾਂ, ਇਹਨਾਂ ਨੇ ਬੰਦ ਕਰਵਾਤਾ। ਪਰ ਚਲੋ ਕੋਈ ਗੱਲ ਨਹੀਂ ਗੀ, ਮੈਂ ਤਾਂ ਕੋਈ ਸ਼ਿਕਾਇਤ ਵੀ ਨਹੀਂ ਕੀਤੀ ਕਿਤੇ। ਲੋਕ ਸਭਾ ਵਿੱਚ ਇਹਨਾਂ ਨੇ ਬਹੁਤ ਸਰਕਾਰੀ ਤੰਤਰ ਵਰਤਿਆ, ਸਾਡੇ ਸਰਪੰਚਾਂ ਤੇ ਬਲਾਕ ਸਮਤੀਆਂ ਦੇ ਗਲਾਂ 'ਚ ਧੱਕੇ ਨਾਲ ਪੱਟੇ ਪਾਏ, ਪਰ ਅੰਦਰੋਂ ਸਾਡੇ ਨਾਲ ਹੀ ਨੇ। ਔਰ ਵੋਟਾਂ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਬਹੁਤ ਵੱਡੇ ਪੱਧਰ ਦੇ ਉੱਤੇ ਵੋਟ ਪਏਗੀ। ਮੈਨੂੰ ਇੱਕ ਵੀ ਕੈਂਪੇਨ ਵਿੱਚ ਨੈਗੇਟਿਵ ਕਮੈਂਟ ਨਹੀਂ ਆਇਆ, ਇੱਕ ਵੀ ਕੈਂਪੇਨ 'ਚ ਨੈਗੇਟਿਵ ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਕਿਸੇ ਨੇ ਮੈਨੂੰ ਪਿੰਡਾਂ 'ਚ ਗਿਆ ਨੂੰ, ਮੈਂ 400 ਪਿੰਡ ਘੁੰਮ ਲਿਆ 583 ਚੋਂ, ਕਿਸੇ ਇੱਕ ਵਿਅਕਤੀ ਨੇ ਕਿਹਾ ਕਿ ਖਹਿਰਾ ਸਾਹਿਬ ਤੁਸੀਂ ਕਿਤੇ ਬਾਹਰੋਂ ਆਏ ਹੋ। ਉਹਨਾਂ ਨੇ ਮੈਨੂੰ ਆਪਣਾ ਪੁੱਤ, ਆਪਣਾ ਭਰਾ, ਕਈਆਂ ਨੇ ਆਪਣਾ ਬਜ਼ੁਰਗ ਸਮਝ ਕੇ ਮੈਨੂੰ ਜਿਹੜੀਆਂ ਵੋਟਾਂ ਪਾਉਣੀਆਂ ਨੇ, ਉਹਦਾ ਦੇਣ ਮੈਂ ਤੁਹਾਨੂੰ ਨਹੀਂ ਦੇ ਸਕਦਾ। ਤੁਹਾਡਾ ਪਿਆਰ ਮੇਰੇ ਸਿਰ ਤੇ ਕਰਜ਼ਾ ਹੋਵੇਗਾ। ਇਸ ਕਰਜ਼ੇ ਨੂੰ ਮੈਂ ਕੰਮਾਂ ਦੀ ਸ਼ਕਲ ਵਿੱਚ ਪਾਰਲੀਮੈਂਟ ਪਹੁੰਚ ਕੇ ਮੈਂ ਤੁਹਾਨੂੰ ਸਾਰਾ ਕੰਮਾਂ ਦੀ ਸ਼ਕਲ ਵਿੱਚ ਵਿਆਜ ਸਮੇਤ ਇਹ ਕਰਜ਼ਾ ਮੋੜਨ ਨੂੰ ਵਚਨਬੱਧ ਆ। ਤੋਂ ਮਿਲਦੇ ਆ ਭਵਾਨੀਗੜ੍ਹ ਦੇ ਰੋਡ ਸ਼ੋਅ ਵਿੱਚ, ਹੁਣੇ 10 ਮਿੰਟ 'ਚ ਮੈਂ ਉੱਥੇ ਪਹੁੰਚ ਜਾਣਾ। ਆਓ ਸਾਰੇ ਉੱਥੇ ਮਿਲ ਕੇ ਆਪਾਂ ਅੱਜ ਦਾ ਅਖੀਰਲੇ ਦਿਨ ਦਾ ਕੈਂਪੇਨ ਨੂੰ ਕੰਪਲੀਟ ਕਰ ਦਈਏ। ਮੇਰੇ ਨਾਲ ਜੁੜਨ ਵਾਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ। ਅਗਰ ਅੱਛੀਆਂ ਲੱਗੀਆਂ ਗੱਲਾਂ ਤਾਂ ਇਹਨੂੰ ਸ਼ੇਅਰ ਕਰ ਦੇਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ